ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਸੋ PBN ਦੇ ਬਿਜ਼ਨਸ ਸ਼ੋਅ ਵੀ ਸਾਡੇ ਸਾਰੇ ਦੇਸ਼ ਤੇ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਸਮਾਰਟ ਸਿਟੀ ਲੁਧਿਆਣਾ ਦੇ ਗੌਰਮੈਂਟ ਕਾਲਜ ਆਫ ਗਰਲਸ ਦੇ ਵਿੱਚ ਰੇਨੋਲਟ ਇੰਡੀਆ ਵੱਲੋਂ ਰੇਨੋਲਟ ਕੈਪਚਰ ਕਾਰ ਦੀ ਐਕਸਪੀਰੀਅੰਸ ਡਰਾਈਵ ਕਰਾਇਆ ਗਿਆ ਲੁਧਿਆਣਾ ਵਾਸੀਆਂ ਨੂੰ। ਆਓ ਵੇਖਦੇ ਹਾਂ ਇੱਕ ਰਿਪੋਰਟ। ਦੇਖਿਆ ਕਿ ਰੇਨੋਲਟ ਕੈਪਚਰ ਕਾਰ ਕਿੰਨੇ ਤਰ੍ਹਾਂ ਦੇ ਟਰੈਕਸ 'ਤੇ ਦੌੜ ਸਕਦੀ ਹੈ। ਸੋ ਇਸ ਮੌਕੇ 'ਤੇ ਅਸੀਂ ਖਾਸ ਗੱਲਬਾਤ ਕੀਤੀ ਰੇਨੋਲਟ ਕੰਪਨੀ ਵੱਲੋਂ ਲਲਿਤ ਲਾਲ ਚੰਦਾਨੀ ਨਾਲ। ਆਓ ਵੇਖਦੇ ਹਾਂ ਰੇਨੋਲਟ ਕੈਪਚਰ ਬਾਰੇ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਲੁਧਿਆਣਾ, ਕੈਸੇ ਹੈ ਆਪ? ਸਰ ਸਭ ਇੱਕਦਮ ਪਰਫੈਕਟ ਹੈ, ਆਈ ਹੋਪ। ਅੱਜ ਬਹੁਤ ਮਸਤ ਵੈਦਰ ਹੈ, ਸਨੀ ਵੈਦਰ ਹੈ, ਕੈਸੇ ਲੱਗ ਰਿਹਾ ਆਪਕੋ ਜੀ? ਇਟਸ ਅ ਬਿਊਟੀਫੁਲ ਡੇ ਔਰ ਅੱਛਾ ਵਾਤਾਵਰਣ ਹੈ, ਜਿਸਕੇ ਸਾਥ ਸਾਥ ਹਮ ਹਮਾਰੀ ਬਿਹਤਰੀਨ ਗਾੜੀ ਰੇਨੋ ਕੈਪਚਰ ਕਾ ਆਫ ਰੋਡਿੰਗ ਐਕਸਪੀਰੀਅੰਸ ਦੇ ਰਹੇ ਹੈ ਹਮਾਰੇ ਕੰਜ਼ਿਊਮਰਸ ਕੋ ਆਜ ਲੁਧਿਆਣਾ ਮੈਂ। ਬਿਲਕੁਲ ਸਰ, ਮੈਂ ਦੇਖ ਰਹਾ ਹੂੰ ਆਪਣੇ ਲਿਖਾ ਹੋਇਆ ਐਕਸਪੀਰੀਅੰਸ ਡਰਾਈਵ, ਤੋ ਕਿਆ ਐਕਸਪੀਰੀਅੰਸ ਡਰਾਈਵ ਕਿਆ ਹੈ? ਹਮ ਹਮਾਰੇ ਜੋ ਰੇਨੋ ਕੇ ਐਗਜ਼ਿਸਟਿੰਗ ਕਸਟਮਰਸ ਹੈ ਉਨਕੋ ਵੀ ਔਰ ਜੋ ਹਮਾਰੇ ਦੂਸਰੇ ਐਸਪੀਰੇਸ਼ਨਲ ਕਸਟਮਰਸ ਹੈ ਜਿਨਕੋ ਰੇਨੋ ਕੀ ਗਾੜੀਆਂ ਖਰੀਦਨੀ ਹੈ ਉਨਕੋ ਵੀ ਹਮ ਰੇਨੋ ਕੈਪਚਰ ਕੀ ਡਰਾਈਵ ਕਾ ਐਕਸਪੀਰੀਅੰਸ ਦੇ ਰਹੇ ਹੈ। ਹਮ ਇਹ ਕੋਸ਼ਿਸ਼ ਕਰ ਰਹੇ ਹੈ ਕਿ ਰੋਡ ਪੇ ਰਸਤੋਂ ਪੇ ਤੋ ਗਾੜੀ ਸਭ ਚਲਾਤੇ ਹੈ, ਕਿੰਤੂ ਆਫ ਰੋਡ ਐਕਸਪੀਰੀਅੰਸ ਕਿਆ ਹੋਤਾ ਹੈ, ਹਮਾਰੀ ਗਾੜੀ ਕੀ ਕਿਆ ਕੈਪੇਬਿਲਿਟੀ ਹੈ, ਉਸਕੀ ਕਿਆ ਕਿਆ ਖਾਸੀਅਤ ਹੈ, ਵੋ ਹਮ ਇਸ ਟਰੈਕ ਪੇ ਉਨਕੋ ਟੈਸਟ ਕਰਵਾ ਕੇ ਐਕਸਪੀਰੀਅੰਸ ਕਰਵਾ ਰਹੇ ਹੈ। ਇਧਰ ਹਮਨੇ ਕਾਫੀ ਤਰ੍ਹਾਂ ਕੇ ਟਰੈਕਸ ਤਿਆਰ ਕੀ ਹੋਏ ਹੈ ਨਾ, ਯਹਾਂ ਪੇ ਡੈਮੋ ਕੀ ਤਰ੍ਹਾਂ ਇੱਕ ਪੀਛੇ ਆਪਨੇ ਥੋੜਾ ਸਾ ਹਿਲ ਕੀ ਤਰ੍ਹਾਂ ਤਿਆਰ ਕੀਆ ਹੋਇਆ ਹੈ, ਵਹਾਂ ਪੇ ਆਪਨੇ ਥੋੜਾ ਸਾ ਪਾਣੀ ਵਹਾਂ ਪੇ ਇਕੱਠਾ ਕੀਆ ਹੋਇਆ ਉਸ ਏਰੀਆ ਮੇਂ, ਤੋ ਕਿਤਨੇ ਟਰੈਕ ਟੋਟਲ ਤਿਆਰ ਕੀਏ ਹੈਂ? ਹਮਨੇ ਯਹਾਂ ਪੇ 15 ਟਰੈਕ ਰੈਡੀ ਕੀਏ ਹੋਏ ਹੈ। ਯਹਾਂ ਪੇ ਹਮਨੇ ਚਿਕਨ ਹੋਲਸ ਬਣਾਏ ਹੈ, ਹਮਨੇ ਯਹਾਂ ਪੇ ਰੰਬਲ ਬਣਾਇਆ ਹੈ, ਹਮਨੇ ਯਹਾਂ ਪੇ ਆਫ ਰੋਡਿੰਗ ਐਕਸਪੀਰੀਅੰਸ ਦਿਆ ਹੈ, ਹਮਨੇ ਯਹਾਂ ਪੇ ਟਿਲਟਸ ਦੀਏ ਹੈ, ਹਮਨੇ ਯਹਾਂ ਪੇ ਹਿਲ ਐਕਸਪੀਰੀਅੰਸ ਦਿਆ ਹੈ, ਹਮਨੇ ਯਹਾਂ ਪੇ ਲੌਗ ਐਕਸਪੀਰੀਅੰਸ ਦਿਆ ਹੈ, ਵਾਟਰ ਬਾਡੀ ਹੈ, ਹਮਨੇ ਇੱਕ ਬਹੁਤ ਹੀ ਬਿਹਤਰੀਨ ਔਰ ਅਲੱਗ ਚੀਜ਼ ਹੈ ਪੀਛੇ ਆਪ ਸ਼ਾਇਦ ਦੇਖ ਨਹੀਂ ਪਾਏਗੇ, ਸੀਸੋ ਐਕਸਪੀਰੀਅੰਸ ਦਿਆ ਹੈ ਜੋ ਤਕਰੀਬਨ 4 ਫੁੱਟ ਉੱਚਾ ਹੈ। ਸੋ ਇਹ ਸਾਰੀ ਚੀਜ਼ਾਂ ਮੇਰੇ ਲਿਹਾਜ਼ ਸੇ ਲੁਧਿਆਣਾ ਕੇ ਲੋਕੋ ਕੇ ਲੀਏ ਨਯਾ ਹੋਗਾ। ਇੱਕ ਦੋ ਇਹ ਸਾਰੀ ਚੀਜ਼ਾਂ ਹਮਾਰੀ ਗਾੜੀ ਕੀ ਜੋ ਕੈਪੈਸਿਟੀ ਹੈ, ਜੋ ਕੈਪੇਬਿਲਿਟੀ ਹੈ, ਉਸਕਾ ਪਾਵਰ, ਉਸਕੀ ਸਸਪੈਂਸ਼ਨ, ਉਸਕੀ ਰੋਡ ਹੈਂਡਲਿੰਗ, ਉਸਕੀ ਗ੍ਰਿਪ, ਉਸਕੀ ਟਰਨਿੰਗ ਐਬਿਲਿਟੀਸ, ਇਨ ਸਾਰੀ ਚੀਜ਼ੋ ਕਾ ਯੇ ਡਿਸਪਲੇ ਕਰਤਾ ਹੈ। ਕਿਆ ਲੁਧਿਆਣਾ ਵਾਸੀ ਆਪਕੀ ਜੋ ਕੈਪਚਰ ਹੈ ਉਸਕੋ ਆਪਣੇ ਮੋਬਾਈਲ ਪਰ ਕੈਪਚਰ ਕਰ ਰਹੇ ਹੈ? ਜ਼ਰੂਰ ਕਰ ਰਹੇ ਹੈ ਸਰ, ਕਾਫੀ ਸਾਰੀ ਲੋਗੋ ਨੇ ਸੈਲਫੀਜ਼, ਵੀਡੀਓਜ਼ ਐਂਡ ਫੋਟੋਗ੍ਰਾਫਸ ਲੀਏ ਹੈ। ਸੋ ਆਈ ਐਮ ਸ਼ੋਰ ਨਾ ਸਿਰਫ ਮੋਬਾਈਲ ਫੋਨ ਪੇ ਉਨਕੇ ਦਿਲੋਂ ਪੇ ਵੀ ਕੈਪਚਰ ਕਰੇਗੀ ਯੇ ਹਮਾਰੀ ਰੇਨੋ ਕੈਪਚਰ। ਬਹੁਤ ਸਾਰੇ ਸਵਾਲ ਲੋਗੋ ਕੇ ਜਬ ਹਮ ਇਤਨੀ ਬਾਤੇਂ ਕਰਤੇ ਤੇ ਤਾਰੀਫ ਕਰਤੇ ਤੋ ਬਹੁਤ ਸਾਰੇ ਲੋਗ ਸੋਚਤੇ ਯਾਰ ਕਿ ਆਖਿਰ ਇਸਕਾ ਪ੍ਰਾਈਸ ਕਿਆ ਹੋਗਾ, ਫਾਈਨਲੀ ਇਸਕਾ ਆਪਣਾ ਪ੍ਰਾਈਸ ਕਿਆ ਨਿਕਲ ਰਿਹਾ? ਸਰ ਬਹੁਤ ਹੀ ਕੰਪੀਟੀਟਿਵ, ਬਹੁਤ ਹੀ ਅਗਰੈਸਿਵ ਪ੍ਰਾਈਸਿੰਗ ਹੈ ਇਸ ਗਾੜੀ ਕਾ। ਹਮਾਰੀ ਗਾੜੀ 9.99 ਲੱਖ ਸੇ ਸ਼ੁਰੂ ਹੋ ਰਹੀ ਹੈ ਐਂਡ ਤਕਰੀਬਨ 14 ਲੱਖ ਤੱਕ ਜਾ ਰਹੀ ਹੈ। ਸੋ ਉਸਮੇ ਸਭੀ ਫੀਚਰ, ਸਭੀ ਹੀ ਵੇਰੀਐਂਟ ਮੇ ਸਾਰੇ ਹੀ ਅੱਛੇ ਅੱਛੇ ਫੀਚਰ, ਆਧੁਨਿਕ ਫੀਚਰ ਔਰ ਅੱਛੀ ਸੁਵਿਧਾਏ ਉਪਲਬਧ ਹੈ। ਆਪ ਮੇਰੀ ਬੇਨਤੀ ਇਹੀ ਹੈ ਕਿ ਆਪ ਲੋਕ ਆ ਕੇ ਇਸਕੋ ਖੁਦ ਐਕਸਪੀਰੀਅੰਸ ਕਰੇ, ਖੁਦ ਇਸਕੋ ਟੈਸਟ ਰਾਈਡ ਕਰੇ ਔਰ ਹਮਾਰੇ ਆਫ ਰੋਡਿੰਗ ਐਕਸਪੀਰੀਅੰਸ ਕਾ ਵੀ ਆਪ ਨੌਲੇਜ ਲੇ। ਬਿਲਕੁਲ, ਆਪਣਾ ਵੀ ਪ੍ਰਾਈਸ ਬਤਾਇਆ, ਤਾਂ ਕੁਛ ਲੋਕ ਅਭੀ ਵੀ ਜੋ ਹੈ ਇੱਕ ਘੜੀ ਪਟਕੇ ਹੋਏ ਉਹ ਹੈ GST ਕੀ ਘੜੀ, ਤੋ ਉਹ ਇੰਕਲੂਡਿੰਗ GST ਹੈ? ਜੀ ਬਿਲਕੁਲ, GST ਇੰਕਲੂਡਿੰਗ ਹੈ, ਇਹ ਜੋ ਕੀਮਤ ਹੈ ਇਹ ਸਾਰੀ ਕੀ ਸਾਰੀ GST ਇੰਕਲੂਡਿੰਗ ਕਾਸਟਸ ਹੈ ਔਰ ਐਕਚੁਅਲ ਪ੍ਰਾਈਸਸ ਹੈ ਜੀ। ਸੋ ਜਾਤੇ ਤੇ ਮਰੇ ਦੇਸ਼ ਵਿਦੇਸ਼ ਕੇ ਦਰਸ਼ਕੋ ਕੇ ਕਹਿਣਾ ਚਾਹੇਂਗੇ ਆਪ? ਥੈਂਕ ਯੂ ਵੈਰੀ ਮਚ, ਆਪ ਲੋਗੋਂ ਕੇ ਪਿਆਰ ਕੇ ਲੀਏ ਹਮ ਬਹੁਤ ਖੁਸ਼ ਹੈ ਪੰਜਾਬ ਮੇ ਰੇਨੋ ਕੀ ਗਾੜੀਆਂ ਬੇਚਤੇ ਹੋਏ ਐਂਡ ਆਈ ਵੁੱਡ ਵੈਲਕਮ ਆਲ ਆਫ ਯੂ ਟੂ ਕਮ ਓਵਰ ਐਂਡ ਐਕਸਪੀਰੀਅੰਸ ਦਿਸ ਬਿਊਟੀਫੁਲ ਕਾਰ ਦ ਰੇਨੋ ਕੈਪਚਰ ਹੇਅਰ ਐਟ ਲੁਧਿਆਣਾ ਟੂਡੇ। ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਦੇ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਤੋਂ ਅੱਗੇ ਬੜੇਗਾ ਇੰਡੀਆ। ਸੋ ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ।
ਧੰਨਵਾਦ।